ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਕ੍ਰਿਪਾਲ ਸਿੰਘ ਅਸ਼ਕ ਔਨ ਕੈਮਰਾ ਹਾਜ਼ਰ ਹਾਂ ਜੀ ਚੋਣਾਂ ਦਾ ਮੌਸਮ ਆ ਗਿਆ ਹੈ ਚੋਣਾਂ ਦਾ ਮੌਸਮ ਆਉਣ ਤੋਂ ਪਹਿਲਾਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਵੱਲ ਵੋਟਰਾਂ ਨੂੰ ਆਕਰਸ਼ਿਤ ਕਰਨ ਵਾਸਤੇ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਸੀ ਉਹਨਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ ਸੀ ਇਹਨਾਂ ਵਿੱਚ ਫ੍ਰੀ ਬੀ ਵੀ ਸ਼ਾਮਲ ਸੀ ਭਾਵ ਉਹ ਸਾਰੀਆਂ ਸਹੂਲਤਾਂ ਮੁਫਤ ਸਹੂਲਤਾਂ ਦੇ ਰਿਆ ਕੇ ਸਰਕਾਰੀ ਖਜ਼ਾਨੇ ਤੇ ਭਾਰ ਭਾ ਕੇ ਦੇਣੀਆਂ ਨੇ ਕਈ ਸਾਲ ਬਿਨਾ ਦੀ ਗੱਲ ਕਰੀਏ ਤਾਂ ਕਿਸਾਨਾਂ ਲਈ ਮੁਫਤ ਬਿਜਰੀ ਐਗਰੀਕਲਚਰਿਕ ਫੈਕਟਰ ਵਾਸਤੇ ਦੇਣ ਦੀ ਗੱਲ ਆਖੀ ਗਈ ਸੀ ਤੇ ਦੇਣੀ ਸ਼ੁਰੂ ਕੀਤੀ ਸੀ ਹਕੀਕਤ ਇਹ ਹੈ ਵੀ ਕਿਸਾਨਾਂ ਨੇ ਕਦੇ ਵੀ ਸਰਕਾਰ ਨੂੰ ਮੁਫਤ ਬਿਜਰੀ ਦੇਣ ਵਾਸਤੇ ਆਖਿਆ ਹੀ ਨਹੀਂ ਸੀ ਉਹ ਉਹਨਾਂ ਨੇ ਜਿਹੜੀ ਮੰਗ ਕੀਤੀ ਸੀ ਉਹ ਮੰਗ ਇਹ ਸੀ ਕਿ ਉਹਨਾਂ ਨੂੰ ਨਿਰੰਤਰ ਬਿਜਲੀ ਸਰਪਲਾਈ ਦਿੱਤੀ ਜਾਵੇ ਬਿਨਾਂ ਕੱਟ ਬਿਜਲੀ ਦੀ ਸਰਪਲਾਈ ਦਿੱਤੀ ਜਾਵੇ ਉਸ ਤੋਂ ਬਾਅਦ ਆਟਾ ਦਾਲ ਦੀ ਗੱਲ ਆਈ ਇਸੇ ਦੌਰਾਨ ਇਸ ਤੋਂ ਕੁਝ ਪਹਿਲਾਂ ਗਰੀਬ ਪਰਿਵਾਰਾਂ ਲਈ ਕੁਝ ਯੂਨਿਟ ਬਿਜਲੀ ਦੇਣ ਦੀ ਗੱਲ ਕੀਤੀ ਗਈ ਫਿਰ ਆਟਾ ਦਾਲ ਸਕੀਮ ਦੀ ਲੈ卡ਡ ਹੋਣ ਦਾ ਵਾਸਤੇ ਸੀ ਤੇ ਇਸ ਦਾ ਅਸਰ ਇਹ ਵੀ ਦੇਖਣ ਨੂੰ ਮਿਲਿਆ ਕਿ ਚੰਗੇ ਰੱਜੇ ਪੁੱਜੇ ਪਰਿਵਾਰ ਸੀ ਜਿਹੜੇ ਉਹ ਨੀਲੇ ਕਾਰਡਾਂ ਵਾਲੋਂ ਤੁਰ ਪਏ ਹਲਾਕੇ ਬਾਝ ਉਹਨਾਂ ਦੇ ਕਾਰਡ ਕੱਟੇ ਗਏ ਬਹੁਤ ਉਦਾਰਨਾਂ ਇਸ ਤਰ੍ਹਾਂ ਮੌਜੂਦ ਹੈਗੀਆਂ ਨੇ ਇਸ ਤੋਂ ਬਾਅਦ ਜਦੋਂ ਹੁਣ ਚੋਣਾਂ ਆਈਆਂ ਨੇ ਤਾਂ ਫਿਰ ਉਹੀ ਪਹਿਲਾਂ ਫਰੀ ਬਿਜਲੀ ਤੇ ਫਿਰ ਹੋਰ ਸੁਵਲਤਾਵਾਂ ਕੋ ਦੇਣ ਦੀ ਗੱਲ ਹੋਈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਉਂਦੇ ਕਿਹਾ ਕਿ ਅਸੀਂ 300 ਯੂਨਟ ਬਿਜਲੀ ਮੁਫਤ ਦੇਾਂਗੇ ਹਰ ਪਰਿਵਾਰ ਨੂੰ ਇਹ ਸਵਾਲ ਅਕਾਲੀ ਦਰ ਨੇ ਇਹੀ ਮੁਫਤ ਬਿਜਲੀ ਦੀ ਗੱਲ 400 ਯੂਨਟ ਦੀ ਕਰ ਰਹੀ ਤੇ ਕਾਂਗਰਸ ਨੇ ਇਹ ਆਖਿਆ ਵੀ 300 ਯੂਨਟ ਬਿਜਲੀ ਮੁਫਤ ਦੇਾਂਗੇ ਪਰ ਉਹ ਜਿਹੜੀ ਹੋਊਗੀ ਉਹ ਅਨਕਟ ਹੋਊ ਮਤਲਬ ਕੋਈ ਕੱਟ ਨਹੀਂ ਲੱਗੇਗਾ ਉਸਤੇ ਨਿਰੰਤਰ ਸਪਲਾਈ ਹੋਏਗੀ ਉਸਤੇ ਦੋਸਤੋ ਸਤ ਸੰਜਲੂਰੀਏ ਕਿ 9000 ਕਰੋੜ ਰੁਪਏ ਦੀ ਸਬਸਿਡੀ ਦਾ ਵਿਜੀਤ ਪਹਿਲੇ ਹੀ ਪੰਜਾਬ ਦੀ ਚੱਲ ਰਹੀ ਹੈ ਇਹ ਅਸਿੱਖ ਇਸ ਤਰੀਕੇ ਦਾ ਸੰਬਾਧ ਸਿਰਜ ਰਹੇ ਹਨ ਕਿਸੇ ਤਰ੍ਹਾਂ ਵੀ ਉਸ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਅਸੀਂ ਆਪਣੇ ਲੋਕਾਂ ਨੂੰ ਕਿਸ ਰੂਪ ਵਿੱਚ ਦੇਖਦੇ ਹਾਂ ਕੀ ਅਸੀਂ ਆਪਣੇ ਲੋਕਾਂ ਨੂੰ ਪਿਖਾਰੀਆਂ ਦੇ ਰੂਪ ਦੇ ਵਿੱਚ ਦੇਖਦੇ ਹਾਂ ਜਿਹੜੇ ਸਰਕਾਰਾਂ ਵੱਲ ਹਮੇਸ਼ਾ ਝਾਕਦੇ ਰਹੇ ਇਨਾਂ ਇਲੈਕਸ਼ਨਾਂ ਦੇ ਵਿੱਚ ਜਿੱਥੇ ਪਹਿਲਾਂ ਮੋਤ ਬੀਰੀ ਦੀ ਗੱਲ ਕੀਤੀ ਪਰਿਵਾਰਾਂ ਵਾਸਤੇ ਉਸ ਤੋਂ ਬਾਅਦ ਦੇ ਵਿੱਚ ਮਹਿਲਾਵਾਂ ਦੀਆਂ ਵੋਟਾਂ ਆਪਣੇ ਵੱਲ ਖਿੱਚਣ ਵਾਸਤੇ ਵੀ ਕੋਈ ਕੋਰਕਸਰ ਨਹੀਂ ਛੱਡੀ ਆਮ ਆਦਮੀ ਪਾਰਟੀ ਨੇ ਕਿਹਾ ਵੀ 18 ਸਾਲ ਤੋਂ ਉੱਪਰ ਦੀਆਂ ਜਿੰਨੇ ਵੀ ਮਹਿਲਾਵਾਂ ਨੇ ਉਹਨਾਂ ਨੂੰ 1000 ਰੁਪਏ ਮਹੀਨਾ ਜਿਹੜੀ ਹੈ ਨਗਦ ਰਾਸ਼ੀ ਦਿੱਤੀ ਜਾਵੇਗੀ ਵਿੱਤੀ ਸਹਾਤਾ ਦੇ ਰੂਪ ਦੇ ਵਿੱਚ ਅਕਾਲੀਆਂ ਨੇ ਆ ਕੇ ਹਰ ਇੱਕ ਮੈਂਬਰ ਵਾਸਤੇ ਇਹ ਰਾਸ਼ੀ 2000 ਰੁਪਏ 2000 ਰੁਪਏ ਅੰਦੀ ਕਰਤੀ ਮਹੀਨੇ ਦੀ ਤੇ ਕਾਂਗਰਸ ਨੇ ਤਾਂ ਫਿਰ ਜੋ ਕੁਝ ਕੀਤਾ ਉਹ ਬੜਾ ਹੀ ਦਿਲਚਸਪ ਹੈ ਉਹਨਾਂ ਨੇ 2000 ਰੁਪਏ ਦੇ ਨਾਲ-ਨਾਲ ਮਹਿਰਾਂਵਾਂ ਲਈ 8 ਗੈਸ ਦੇ ਸਿਲੰਡਰ ਸਾਲ ਦੇ ਵਿੱਚ ਫ੍ਰੀ ਕਰ ਦਿੱਤੇ ਮਤਲਬ ਵਾਦਾ ਕਰਿਆ ਅੱਠ ਗੈਸ ਸਟੈਂਡਰਾਂ ਦੇ ਨਾਲ-ਨਾਲ ਇੱਕ ਪਾਸੇ ਦੂਜੇ ਪਾਸੇ ਇਹ ਵੀ ਜਿਹੜੀ ਲੜਕੀ ਗ੍ਰੈਜੂਏਸ਼ਨ ਕਰ ਰਹੀ ਹੈ ਉਹਨੂੰ ਮੁਫਤ ਸਕੂਟੀ ਦੇਣ ਦਾ ਵਾਦਾ ਕਰਦੇ ਆ ਗ੍ਰੈਜੂਏਟ ਪਾਸ ਲੜਕੀਆਂ ਵਾਸਤੇ 20000 ਰੁਪਏ 12 ਪਾਸ ਲੜਕੀਆਂ ਵਾਸਤੇ 15000 ਰੁਪਏ 8 ਪਾਸ ਲੜਕੀਆਂ ਵਾਸਤੇ 10000 ਰੁਪਏ ਤੇ ਪੰਜ ਵਾਸਤੇ ਪੰਜ ਪਾਸ ਲੜਕੀਆਂ ਵਾਸਤੇ 5000 ਰੁਪਏ ਦੇਣ ਦੀ ਗਲਬੀਆ ਕੀ ਦੋਸਤੋ ਇਹ ਪੰਜਾਬ ਦੀ ਗੱਲ ਅਗਰ ਇਹ ਸ ਨੂੰ ਸਰਕਾਰੀ ਖਜ਼ਾਨੇ ਵੱਲ ਝਾਤੀ ਮਾਰ ਲਈ ਜਾਵੇ ਤਾਂ ਸਾਡੀ ਸਾਰੇ ਜੀਐਸਟੀ ਜਿਹੜੀ ਮਹੀਨਾ ਸਾਨੂੰ ਔਸਤ ਇਸ ਟਾਈਮ ਪੈ ਰਹੀ ਹੈ ਸਾਨੂੰ ਮਿਲ ਰਹੀ ਉਹ 1400 ਕਰੋੜ ਰੁਪਏ ਦੇ ਬਰਾਬਰ ਹੈ ਲਗਭਗ ਇੰਨੇ ਰਸ਼ੀ ਹੈ ਪਰ ਜਿਹੜੀਆਂ ਇਹ ਆਰਥਿਕ ਸਹਿਤਾ ਦੀ ਗੱਲ ਕੀਤੀ ਗਈ ਹੈ ਔਰਤਾਂ ਵਾਸਤੇ ਜੋ ਵਾਦੇ ਕੀਤੇ ਗਏ ਨੇ ਵੱਖ-ਵੱਖ ਪਾਰਟੀਆਂ ਵੱਲੋਂ ਆਮ ਆਦਮੀ ਦੀ ਪਾਰਟੀ ਦੀ ਗੱਲ ਕਰ ਲਈ ਜਾਵੇ ਤਾਂ 12000 ਕਰੋੜ ਰੁਪਏ ਦਾ ਖਰਚਾ ਹੈ ਮਹੀਨੇ ਦਾ ਸਰਕਾਰੀ ਖਜ਼ਾਨੇ ਦੇ ਬੋਝ ਹੈ ਅਗਰ ਅਕਾਲੀਆਂ ਦੇ ਵਾਦਿਆਂ 'ਤੇ ਚੱਲ ਜਾਈਏ ਤਾਂ ਇਹ 25000 ਕਰੋੜ ਰੁਪਏ ਕਰੋੜ ਰੁਪਏ ਦਾ ਹੈ ਜੇ ਕਾਂਗਰਸ ਦੇ ਵਾਦਿਆਂ 'ਤੇ ਚੱਲ ਜਾਈਏ ਰਹਿ ਪੀਰ ਯ ਕਰੋੜ ਰੁਪਏ ਬਣ ਜਾਂਦਾ ਹੈ ਆਖਿਆ ਇਹ ਜਾਂਦਾ ਜਦੋਂ ਸਵਾਰ ਕੀਤਾ ਜਾਂਦਾ ਜੀ ਜਿਹੜੇ ਇਹ ਰੀਤ ਮਾਫੀਆ ਜਾਂ ਹੋਟਰੀਕੇ ਦੇ ਮਾਫੀਆ ਹੈ ਉਹਨਾਂ ਕੋਲੋਂ ਜਿਹੜਾ ਪੈਸਾ ਇਕੱਠਾ ਕਰਕੇ ਉਹ ਅਸੀਂ ਲੋਕਾਂ ਨੂੰ ਦੇਵਾਂਗੇ ਦੋਸਤੋ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰਦੇ ਆ ਕਿ ਇਹ ਤਰਖੀਣ ਵਾਲੇ ਕੇਵਲ ਪੰਜਾਬ ਚ ਨਹੀਂ ਬਲਕਿ ਯੂਪੀ ਦੇ ਵਿੱਚ ਵੀ ਇਹੋ ਹਾਰ ਹੈ ਉੱਥੇ ਕਾਂਗਰਸ ਨੇ 12ਵੀਂ ਦੀ ਜਮਾਤ ਵਿੱਚ ਪੜ੍ਹਦੀ ਹਰ ਕੁੜੀ ਨੂੰ ਇੱਕ ਸਮਾਰਟਫੋਨ ਗ੍ਰੈਜੂਏਸ਼ਨ ਕਰ ਰਹੀ ਕੁੜੀ ਨੂੰ ਇੱਕ ਸਕੂਟੀ ਮਹਾਰਾਜ ਲਈ ਫ੍ਰੀ ਟਰਾਂਸਪੋਰਟੇਸ਼ਨ ਅਤੇ ਹਰ ਪਰਿਵਾਰ ਲਈ 10 ਲੱਖ ਰੁਪਏ ਦੀ ਮੈਡੀਕਲ ਫੈਸਿਲਿਟੀ ਦੇਣ ਦਾ ਵਾਅਦਾ ਕੀਤਾ ਹੈ ਦੂਜੇ ਪਾਸੇ ਸਮਾਜਵਾਦ ਪਾਰਟੀ ਨੇ 300 ਯੂਨਿਟ ਫ੍ਰੀ ਪਾਵਰ 1500 ਰੁਪਈਆ ਮਹੀਨਾ ਔਰਤਾਂ ਨੂੰ ਆਰਥਿਕ ਮਦਦ ਅਤੇ ਸਾਈਕਲ ਦੇ ਕਿਸੇ ਜਾਂਦੇ ਹੋਏ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਬੰਦੇ ਲਈ 5 ਲੱਖ ਰੁਪਏ ਇਹ ਜਿਹੜਾ ਮੁਆਵਜ਼ਾ ਦੇਣ ਦਾ ਵਾਅਦਾ ਕਰਦਾ ਕੀਤਾ ਹੈ ਕਿ ਜੇ ਉਹਨਾਂ ਦੀ ਸਰਕਾਰ ਬਣੀ ਤਾਂ ਇਹ ਸਭ ਕੁਝ ਉੱਥੇ ਲੈ ਕੇ ਆਉਣਗੇ ਮਾਨਯੋਗ ਸੁਪਰੀਮ ਕੋਰਟ ਦੇ ਅੱਗੇ ਵੀ ਇਹ ਮਾਮਲਾ ਹੁਣੇ ਗਿਆ ਹੈ ਸੁਪਰੀਮ ਕੋਰਟ ਦੇ ਪੰਜ ਸੀਨੀਅਰ ਵਕੀਲਾਂ ਨੇ ਮਾਮਲਾ ਉਠਾਇਆ ਹੈ ਕਿ ਇਹ ਜੜੀਆਂ ਨੇ ਮੁਫਤ ਸਹੂਲਤਾਂ ਦੇਣ ਉੱਤੇ ਸਵਾਲੀਆ ਚਿੰਨ੍ਹ ਲਾਉਂਦੇ ਇਹ ਕਿ ਹੈ ਕਿ ਇਹ ਹੁਣ ਇਹ ਚਾਹੀਦਾ ਹੈ ਕਿ ਅਜਿਹੀਆਂ ਪਾਰਟੀਆਂ ਜਿਹੜੀਆਂ ਇਹ ਜੇ ਵਾਅਦੇ ਕਰਦੀਆਂ ਨੇ ਜਾਤਾ ਇਹਨਾਂ ਨੂੰ ਡੀ ਰਜਿਸਟਰ ਕੀਤਾ ਜਾਵੇ ਮਤਲਬ ਇਹਨਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਵੇ ਤੇ ਜਾਂ ਫਿਰ ਇਹਨਾਂ ਦੇ ਚੋਣ ਨਿਸ਼ਾਨ ਜਿਹੜੇ ਨੇ ਉਹ ਜਬਤ ਕੀਤੇ ਜਾ ਦੋਸਤੋ ਮਾਮਲਾ ਅਦਾਲਤ ਵਿੱਚ ਹੈ ਅਦਾਲਤ ਨੇ 4 ਹਫ਼ਤਿਆਂ ਦੇ ਵਿੱਚ ਇਸ ਦਾ ਜਵਾਬ ਚਾਇਆ ਇਲੈਕਸ਼ਨ ਕਮਿਸ਼ਨ ਕੋਲੋਂ ਤੇ ਕੇਂਦਰ ਸਰਕਾਰ ਕੋਲੋਂ ਆਪਾਂ ਉਸ ਪਾਸੇ ਨਾਲ ਇਹ ਕਾਨੂੰਨੀ ਪ੍ਰੋਸੈਸ ਦੀ ਗੱਲ ਹੈ ਉਸ ਪਾਸੇ ਆਪਾਂ ਜ਼ਿਆਦਾ ਨਹੀਂ ਗੱਲ ਕਰਾਂਗੇ ਪਰ ਦੋਸਤੋ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਇਹ ਹੈ ਕਿ ਅਸੀਂ ਸਮਾਜ ਦੀ ਕਿਸ ਤਰੀਕੇ ਦੇ ਸਮਾਜ ਦੀ ਸਿਰਜਣਾ ਕਰਨੀ ਚਾੁੰਦੇ ਹਾਂ। ਸ਼ਬੀਨ ਕੋ ਨੇ ਖੁਦ ਮੰਗਿਆ ਬੜਾ ਗੰਭੀਰ ਵਿਸ਼ਾ ਹੈ ਇਹ। ਇਸ ਗੱਲ ਹੋਣੀ ਚਾਹੀਦੀ ਹੈ ਤੇ ਇਸੇ ਕਰਕੇ ਉਹਨਾਂ ਨੇ ਜਿਹੜਾ ਜਵਾਬ ਮੰਗਿਆ ਹੈ ਇਲੈਕਸ਼ਨ ਕਮਿਸ਼ਨ ਕੋਲੋਂ ਤੇ ਸੈਂਟਰ ਗਵਰਨਮੈਂਟ ਦੇ ਕੋਲੋਂ। ਪਰ ਬਤੌਰ ਇਸ ਸਮਾਜ ਦੇ ਮੈਂਬਰ ਹੁੰਦੇ ਹੋਏ, ਇਸ ਸੋਸਾਇਟੀ ਦੇ ਮੈਂਬਰ ਹੋਏ ਸਾਡਾ ਸਾਰਿਆਂ ਦਾ ਇੱਕ ਫਰਜ਼ ਬਣਦਾ ਹੈ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਅਜਿਹਾ ਸਮਾਜ ਸਿਰਜਣਾ ਚਾਹੁੰਦੇ ਹਾਂ ਉਹ ਜਿਹਾ ਸਮਾਜ ਰਹਿਣਾ ਚਾਹੁੰਦੇ ਹਾਂ ਜਿੱਥੇ ਹਰ ਮਾਮੂਲੀ ਚੀਜ਼ ਵਾਸਤੇ ਵੀ ਸਰਕਾਰ ਦੇ ਕੋਲ ਚਾਹੀਏ ਧੰਨਵਾਦ ਇਸ ਜਵਾਬ ਤੁਹਾਡੇ ਕੋਲੋਂ ਪ੍ਰਾਪਤ ਹੋਇਆ